ਜੇਵਾਲਾ ਜੱਟਾਂ ਦੇ ਨੌਜਵਾਨ ਕਿਸਾਨ ਭਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਦੁਆਰਾ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਭਿੰਦਰ ਸਿੰਘ ਦੇ ਪਿਤਾ ਨਛੱਤਰ ਸਿੰਘ ਨੇ ਦੱਸਿਆ ਕਿ ਦੋ ਵਾਰ ਉਹਨਾਂ ਦੇ ਨਰਮੇ ਦੀ ਫਸਲ ਅੱਠ ਕਿੱਲੇ ਗੜਿਆਂ ਕਾਰਨ ਤਬਾਹ ਹੋ ਗਈ ਸੀ। ਭਿੰਦਰ ਸਿੰਘ 10ਵੀਂ ਜਮਾਤ ਪਾਸ ਹੋਣ ਕਰਕੇ ਉਸਨੇ ਫੌਜ ਦੀਆਂ ਅਨੇਕਾਂ ਭਰਤੀਆਂ ਦੇਖੀਆਂ ਪਰ ਉਹ ਸਫਲ ਨਹੀਂ ਹੋਏ। ਉਹਨਾਂ ਦੇ ਦੋਸਤ ਮਿੱਤਰ ਫੌਜ ਵਿੱਚ ਭਰਤੀ ਹੋ ਗਏ, ਇਸ ਨੂੰ ਲੈ ਕੇ ਉਹ ਪਰੇਸ਼ਾਨ ਰਹਿੰਦਾ ਸੀ। ਉਹਨੇ ਦੱਸਿਆ ਕਿ ਗੜਨ ਦੀ ਮਾਰ ਕਾਰਨ ਉਹਨਾਂ ਦੇ ਸਿਰ 'ਤੇ ਸੁਸਾਇਟੀ ਅਤੇ ਬੈਂਕ ਦਾ 5 ਲੱਖ ਰੁਪਏ ਦੇ ਕਰੀਬ ਕਰਜ਼ਾ ਚੜ ਗਿਆ। ਇਸ ਨੂੰ ਨਾ ਸਹਾਰਦਿਆਂ ਉਸਦੇ ਆਪਣੇ ਘਰ ਵਿੱਚ ਜ਼ਹਿਰੀਲੀ ਵਸਤੂ ਨਿਕਲ ਲਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਸਟੇਸ਼ਨ ਜੌੜਕੇ ਨੇ ਮ੍ਰਿਤਕ ਭਿੰਦਰ ਸਿੰਘ ਦੇ ਪਿਤਾ ਨਛੱਤਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਨੂੰ ਸੌਂਪ ਦਿੱਤਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਰ ਨੂੰ, ਉੱਤਮ ਸਿੰਘ ਰਾਮਾਲੰਦੀ, ਲਖਵਿੰਦਰ ਸਿੰਘ ਅਤੇ ਪਿੰਡ ਬੀਰੇਵਾਲਾ ਜੱਟਾਂ ਦੀ ਗ੍ਰਾਮ ਪੰਚਾਇਤ ਨੇ ਰਾਜ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸੁਸਾਈਡ ਹੋਈ ਹੈ ਬੀਰੇਵਾਲਾ ਜੱਟਾ, ਕੀ ਕਹੋਗੇ ਜੀ, ਕੀ ਹੋਇਆ ਸੀਗਾ ਜੀ? ਦੇਖੋ ਜੀ, ਬਹੁਤ ਮੰਦਭਾਗੀ ਘਟਨਾ ਜੀ। ਕਾਫੀ ਹੋਣਹਾਰ ਬੱਚਾ ਸੀਗਾ, ਜਵਾਨ ਸੀਗਾ, 21 ਸਾਲ ਦੀ ਉਮਰ ਸੀਗੀ। 7-8 ਕਿੱਲੇ ਦਾ ਨਰਮਾ ਸੀਗਾ ਜੋ 2-3 ਵਾਰੀ ਮਰ ਗਿਆ ਜੀ, ਗੜਿਆਂ ਦੀ ਮਾਰ ਆ ਗਈ, ਪਿਛਲੇ ਸਾਲ ਵੀ ਮਾਰ ਆ ਗਈ ਸੀਗੀ। ਭਰਤੀ 'ਤੇ ਜਾਂਦਾ ਜੀ ਫੌਜ ਜੀ ਦੇ ਨਾਲ ਦੇ, ਉਹਦੇ ਲਗਭਗ ਕਈ ਬੱਚੇ ਭਰਤੀ ਹੋ ਗਏ ਸੀਗੇ। ਟੈਨਸ਼ਨ ਰੱਖਦਾ ਸੀਗਾ ਵੀ ਮੈਂ ਨਹੀਂ ਭਰਤੀ ਹੋਇਆ, ਪਰਿਵਾਰ ਦੀ ਟੈਨਸ਼ਨ ਸੀਗੀ। ਪਿਛਲੇ ਕੁਛ ਸਮੇਂ 'ਤੇ ਚਾਚਾ ਦੀ ਮੌਤ ਹੋ ਗਈ ਸੀਗੀ, ਉਸ ਤੋਂ ਥੋੜ੍ਹਾ ਟਾਈਮ ਪਹਿਲਾਂ ਦਾਦੀ ਦੀ ਮੌਤ ਹੋ ਗਈ ਸੀਗੀ। ਟੈਨਸ਼ਨ ਦੇ ਵਿੱਚ ਰਹਿੰਦਾ ਜੀ, ਪਰਿਵਾਰ ਨੇ ਕੁਛ ਕਰਜ਼ਾ ਦੇਣਾ, ਕੁਛ ਸਟੈਟੀ ਦਾ, ਕੁਛ ਆੜ੍ਹਤੀਏ ਦਾ ਜੀ, ਕੁਛ ਪਿੰਡ ਦੇ ਵਿੱਚੋਂ ਬੰਦਿਆਂ ਦੇ ਫੜੇ ਹੋਏ ਰੁਪਈਏ। ਉਹ ਟੈਨਸ਼ਨ ਦੇ ਵਿੱਚ ਆ ਕੇ ਕੁਛ ਨਸ਼ੇ ਵਾਲੀ ਚੀਜ਼ ਖਾ ਗਿਆ ਅਤੇ ਉਹਦੀ ਮੌਤ ਹੋ ਗਈ। ਕਦੋਂ ਦੀ ਗੱਲ ਆ ਜੀ? ਪਰਸੋਂ ਦੀ ਗੱਲ ਆ ਜੀ, ਪਰਸੋਂ ਰਾਤ ਨੂੰ 8-9 ਵਜੇ ਦੀ ਗੱਲ ਆ। ਉਦੋਂ ਖਾ ਗਿਆ ਤੁਸੀਂ, ਪੰਜਾਬ ਸਰਕਾਰ ਤੋਂ ਮੰਗ ਕਰਦੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ। ਮਨਪ੍ਰੀਤ ਜੀ, ਕੀ ਘਟਨਾ ਹੋਈ ਹੈ ਜੀ? ਇਹ ਜੀ, ਆਪਣਾ ਉਹਦੀ ਇੱਕ ਤਾਂ ਨਰਮਾ ਮਰ ਗਿਆ ਸੀਗਾ ਜੀ, 2 ਸਾਲ ਜੀ, ਗੜੇ ਪੈ ਗਏ ਜੀ, ਅਤੇ ਇੱਕ ਭਰਤੀ ਭੁਰਤੀ ਜਾਂਦਾ ਸੀ, ਨਾਲ ਦੇ ਭਰਤੀ ਭੁਰਤੀ ਹੋ ਗਏ ਸੀ, ਉਹ ਹੋਏ ਨਹੀਂ ਸੀਗਾ, ਉਸ ਕਾਰਨ ਟੈਨਸ਼ਨ ਹੀ ਲੈ ਗਿਆ ਜੀ ਇਹ। ਕਿਹੜੇ ਪਿੰਡ 'ਚ ਰਕਵਾ ਤੁਹਾਡਾ ਨਰਮੇ ਦਾ ਅਤੇ ਕਿੰਨਾ ਨਰਮਾ ਮਰਿਆ? ਆਪਣਾ ਪਿੰਡ ਬੀਰਿਆ ਵਾਲਾ ਜੀ। ਅੱਛਾ ਜੀ, ਹਾਂ ਜੀ। ਕਿੰਨਾ ਨਰਮਾ ਮਰ ਗਿਆ? 6-7 ਕਿੱਲੇ ਮਰ ਗਿਆ ਆਪਣੇ। ਅੱਛਾ ਅੱਛਾ, ਕੀ ਨਾਂ ਸੀ ਮੁੰਡੇ ਦਾ? ਭਿੰਦਰ ਸਿੰਘ ਜੀ। ਅੱਛਾ, ਕਿੰਨੀ ਉਮਰ ਸੀ ਮੁੰਡੇ ਦੀ? 20-22 ਸਾਲ। ਅੱਛਾ ਅੱਛਾ, ਹੋਰ ਕੋਈ? ਹੋਰ ਕੋਈ ਨਸ਼ਾ ਪੱਤਾ ਕੁਛ ਨਹੀਂ ਸੀਗਾ ਜੀ। ਕਰਜ਼ਾ ਤਾਂ ਨਹੀਂ ਦੇਣਾ ਸੀ ਕਿਸੇ ਦਾ ਤੁਸੀਂ? ਕਰਜ਼ਾ ਦੇਣਾ ਸੀ। ਕਿੰਨਾ ਦੇਣਾ ਹੈਗਾ ਕਰਜ਼ਾ? 5 ਲੱਖ ਰੁਪਏ ਸੀ। ਕਿਹੜੀ ਬੈਂਕ ਦਾ ਜੀ? ਅੱਡੋ-ਅੱਡੀ ਸਾਰਾ ਸੀ। ਅੱਛਾ ਅੱਛਾ, ਹਾਂ ਜੀ, ਕੁਛ ਆੜ੍ਹਤੀ ਦਾ, ਕੁਛ ਸਟੱਡੀ ਦਾ ਜੀ, ਕੁਛ ਫੜੇ ਫੁੜੇ ਹੋਏ ਸੀਗੇ ਜੀ। ਕੀ ਨਾਂ ਜੀ ਤੁਹਾਡਾ? ਜੱਟਾ ਸਿੰਘ ਜੀ। ਕੀ ਘਟਨਾ ਹੋਈ ਹੈ ਜੀ? ਘਰਾਂ ਦੀ ਫਸਲ ਮਰਦੀ ਰਹੀ ਜੀ, 2 ਸਾਡੇ ਮੌਤਾਂ ਦੇ ਟੈਸਟਾਂ 'ਚ ਕੋਈ ਔਖ ਆ ਗਿਆ ਜੀ, ਆਹ ਦੂਜੀ ਚਿਚੜੀ ਦਵਾਈ ਖਾ ਗਿਆ ਜੀ। ਕਦੋਂ ਦੀ ਗੱਲ ਹੈ ਜੀ? ਪਰਸੋਂ ਦੀ ਗੱਲ ਹੈ ਜੀ। ਅੱਛਾ, ਪਰਸੋਂ ਦੀ ਗੱਲ ਹੈ। ਹਾਂਜੀ। ਫਸਲ ਕਿੰਨੀ ਸੀ? ਨਰਮਾ ਮਰਿਆ? ਹਾਂਜੀ, ਨਰਮਾ ਮਰਦਾ ਰਿਹਾ 2 ਸਾਲ। ਅੱਛਾ ਜੀ, ਹਾਂਜੀ। ਅੱਛਾ ਅੱਛਾ, ਪਹਿਲਾਂ ਮੇਰੀ ਮਾਤਾ ਮੁੱਕ ਗਈ ਜੀ, ਜੀ ਬਾਅਦ 'ਚ ਮੇਰਾ ਛੋਟਾ ਭਾਈ ਮੁੱਕ ਗਿਆ ਜੀ। ਅੱਛਾ ਜੀ, ਬਸ ਉਹ ਟੈਸ਼ਨ 'ਚ ਕਰੀ ਗਿਆ ਜੀ। ਕੀ ਨਾਂ ਸੀ ਮੁੰਡੇ ਦਾ? ਭਿੰਦਰ ਸਿੰਘ ਹੈ ਜੀ। ਅੱਛਾ, ਵਿਆਹ ਸੀ ਮੁੰਡਾ? ਨਹੀਂ, ਕੁਮਾਰਾ ਜੀ। ਕਿਆ ਬੱਚੇ ਨੇ ਤੁਹਾਡੇ? 2 ਬੱਚੇ ਨੇ ਸੀਗੇ। ਵੱਡੇ ਮੁੰਡੇ ਦਾ ਕੀ ਨਾਂ ਜੀ? ਭਿੰਦਰ ਮਨਪ੍ਰੀਤ ਸਿੰਘ ਜੀ। ਅੱਛਾ ਅੱਛਾ, ਕੋਈ ਕਰਜ਼ਾ ਵੀ ਦੇਣਾ ਸੀ ਬੈਂਕ ਬੁੰਕ ਦਾ? ਹਾਂਜੀ, ਦੇਣਾ ਜੀ। ਕਿੰਨਾ ਕੁ ਦੇਣਾ ਜੀ ਕਰਜ਼ਾ? ਐਵੇਂ ਜ਼ਿਆਦਾ, ਇੰਨਾ ਜ਼ਿਆਦਾ ਜਵਾਕਾਂ ਜੀ। ਠੀਕ ਹੈ। ਆਵਾਜ਼ੀ ਕੰਮ ਟੀਵੀ ਲਈ ਮਾਨਸਾ ਤੋਂ ਪੱਤਰਕਾਰ ਗੁਰਜੀਤ ਸਿੰਘ ਦੀ ਰਿਪੋਰਟ।